ਅਸਲਾਮ ਅਲੈਕਮ। ਅੱਜ ਤੁਹਾਨੂੰ ਅਸੀਂ ਜਨਾਬ ਸਿਖਾਵਾਂਗੇ ਪਾਏ ਕਿੱਦਾਂ ਬਣਾਈਦੇ ਨੇ, ਬੜੇ ਪਾਏ। ਅਤੇ ਬੜੇ ਪਾਏ ਬੜੇ ਟੇਸਟੀ ਹੁੰਦੇ ਨੇ, ਨਾਨ ਨਾ ਖਾਓ, ਰੋਟੀ ਨਾ ਖਾਓ, ਅਤੇ ਅਸੀਂ ਤੁਹਾਨੂੰ ਅੱਜ ਪਾਏ ਬਣਦੇ ਦਵਾਂਗੇ ਇਨਸ਼ਾ ਅੱਲਾਹ। ਪਾਏ ਦਾ ਮਸਾਲਾ ਬਣ ਰਿਹਾ, ਇਹਦੇ ਵਿੱਚ ਪਿਆਜ਼, ਟਮਾਟਰ, ਲਸਣ, ਅਦਰਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁੱਟ ਕੇ ਪਾਤੀਆਂ ਗਈਆਂ ਸੀ, ਔਰ ਉਹਨਾਂ ਨੂੰ ਅੱਛੀ ਤਰ੍ਹਾਂ ਗਾਲ ਲਿਆ ਗਿਆ ਪਾਣੀ ਦੇ ਵਿੱਚ। ਗਾਲਣ ਤੋਂ ਬਾਅਦ ਇਹਨੂੰ ਜਨਾਬ ਭੁੰਨਿਆ ਜਾਏਗਾ ਘਿਓ ਦੇ ਵਿੱਚ। ਫਿਲਹਾਲ ਇਹ ਪਾਣੀ ਅਜੇ ਸੁੱਕਾ ਨਹੀਂ, ਪਾਣੀ ਜਦੋਂ ਸੁੱਕ ਜਾਏਗਾ ਫਿਰ ਘਿਓ ਪਾਇਆ ਜਾਏਗਾ। ਪਾਇਓਂ ਕੋ ਮਸਾਲਾ ਭੁੰਨ ਕੇ ਟੋਕਰੀ ਡਾਲ ਦੀ, ਇਸਮੇਂ ਮੈਨੇ ਦਹੀਂ ਡਾਲਾ, ਇਸ ਪਿੱਛੇ ਸੇ ਭੁੰਨੂੰਗੀ, ਔਰ ਉਸਕੇ ਬਾਅਦ ਪਾਣੀ ਡਾਲ ਕੇ ਤੋ 1 ਘੰਟੇ ਕੇ ਲਈ ਕੁੱਕਰ ਦੇ। ਤੇ ਜੀ ਪਾਣੀ ਡਾਲ ਦਿਆ ਹੈ ਅਬ ਹਮਨੇ ਪਾਇਓਂ ਮੇ, ਇਨਕੋ ਅੱਛੀ ਤਰ੍ਹਾਂ ਭੁੰਨ ਕੇ। ਮੈਂ ਥੋੜ੍ਹੀ ਸੀ ਮੈਨੂੰ ਮਿਰਚ ਕਮ ਡਾਲੀ, ਮੈਂ ਕਾਲੀ ਮਿਰਚ ਡਾਲੂੰਗੀ। ਤਾਂ ਅਬ ਇਸਕੋ ਦੇ ਦੇਂਗੇ ਕੁੱਕਰ, ਅਬ ਦੇ ਦੇ। ਇਹ ਪਾਇਆਂ ਦੇ ਵਿੱਚ ਪਾਣੀ ਪਾਤਾ ਅਤੇ ਹੁਣ ਜਨਾਬ ਇਹਨੂੰ ਦੇ ਦੇਣਾ ਉੱਤੇ, ਕੁੱਕਰ ਨੂੰ ਬੰਦ ਕਰ ਦੇਣਾ ਅਤੇ ਇਹਨੂੰ ਪੱਕਣ ਦੇਣਾ। ਕਿੰਨੇ ਮਿੰਟ ਜੀ? ਇਹਦੇ 'ਚ ਨਵੀਂ ਗੱਲ ਕੀ ਜਿਹੜੀ ਤੁਸੀਂ ਵੈਸੇ ਕਿੰਨੇ ਮਿੰਟ ਪਕਾਈ ਦਾ ਮੈਨੂੰ ਚੇਤਾ ਭੁੱਲ ਗਿਆ। 45 ਮਿੰਟ ਪਕਾਤੇ ਹਾਂ, 45 ਮਿੰਟ, ਫਿਰ ਚੈੱਕ ਕਰ ਲੈਂਗੇ ਜ਼ਰਾ ਅੱਛੀ ਤਰ੍ਹਾਂ। 45 ਮਿੰਟ ਪਕਾਉਣ ਤੋਂ ਬਾਅਦ ਦੁਬਾਰਾ ਖੋਲ੍ਹ ਕੇ ਚੈੱਕ ਕਰ ਲਓ ਅਤੇ ਆਈ ਥਿੰਕ 45 ਮਿੰਟ ਇਜ਼ ਲਾਰਜਲੀ ਇਨਫ। ਅੱਛਾ, ਹਾਂਜੀ, ਠੀਕ ਹੈ, ਬਸ ਬਸ। ਥੈਂਕਸ ਫੋਰ ਨਾਈਸ ਇਨਫੋਰਮੇਸ਼ਨ, ਯੂ ਆਰ ਵੈਲਕਮ ਡਾਰਲਿੰਗ ਜੀ। 45 ਮਿੰਟ ਕੇ ਬਾਅਦ ਹਮਨੇ ਕੁੱਕਰ ਖੋਲ੍ਹਾ ਤੋ ਕਿਤਨੇ ਅੱਛੇ ਸੇ ਟੈਂਡਰ ਹੋ ਗਏ ਹੈਂ। ਅਬ ਇਸਕੋ ਬੜੇ ਪਤੀਲੇ ਮੈਂ ਸ਼ਿਫਟ ਕਰੇਂਗੇ, ਔਰ ਇਸਮੇ ਜੋ ਸ਼ੰਕ ਵਗੈਰਾ ਹਮਾਰੀ ਵੋ ਵੀ ਕਰਤੇ ਹੈਂ ਦੁਬਾਰਾ ਸੇ, ਔਰ ਫਿਰ ਮਿਕਸ ਕਰਤੇ ਹੈਂ। ਨਹੀਂ ਨਹੀਂ, 45 ਮਿੰਟ ਕੇ ਬਾਅਦ ਖੋਲ੍ਹਾ, ਜੋ ਨਲੀਆਂ ਸੀ ਵੋ ਮੈਂ ਕਰ ਲੂੰਗੀ, ਇਸਕੀ ਮਿਕ ਨਿਕਾਲ ਕੇ ਬੜੇ ਦੇਜ ਕੇ ਮੈਂ ਕਰੂੰਗੀ, ਫਿਰ ਇਸਮੇ ਮੈਂ ਸ਼ੰਕ ਵਗੈਰਾ ਦੁਬਾਰਾ ਸੇ ਕੁੱਕਰ ਦੂੰਗੀ, ਫਿਰ ਸਾਰਾ ਇਕੱਠਾ ਵੀ ਸ਼ੋਰਬਾ ਬਣਾਉਂਗੀ ਨਾ ਇਸਕਾ। ਬੜਾ ਦੇਜ ਕਾ ਲੈ ਆਉਂ ਫਿਰ? ਹਾਂ ਲੈ। ਪਲਟ ਦੋ ਜੀ, ਵੱਡਾ ਪਤੀਲਾ ਆ ਗਿਆ, ਉਹਦੇ ਵਿੱਚ ਟ੍ਰਾਂਸਫਰ ਕਰਤਾ ਜੀ ਸਾਰਾ ਸਮਾਨ, ਕਿਉਂਕਿ ਕੁੱਕਰ 'ਚ ਸਪੇਸ ਘੱਟ ਆ। ਗਾਲ ਲਿਆ ਸੀ, ਬਾਕੀ ਮਜ਼ੀਦ ਵਰਕਆਊਟ ਲਈ ਹੁਣ ਵੱਡਾ ਪਤੀਲਾ। ਵੱਡਾ ਪਤੀਲਾ ਇਜ਼ ਦੀ ਬੈਸਟ ਫਾਰ ਗੁੱਡ ਵਰਕਆਊਟ, ਕਿਉਂ ਮੈਡਮ? ਠੀਕ ਕਹਿ ਰਹੇ? ਠੀਕ ਹੈ, ਠੀਕ ਹੈ ਜੀ, ਜੋ ਕਹਿ ਰਹੇ ਠੀਕ ਹੀ ਕਹਿ ਰਹੇ। ਅਬੀ ਜੀ ਇਹ ਸ਼ੰਕ ਵਗੈਰਾ ਇਸਮੇ ਡਾਲ ਕੇ ਥੋੜਾ ਸਾ ਨਾ ਪਾਇਓ ਮੈਂ ਐਡ ਕਰ ਰਹੇ ਹਾਂ, ਤੋ ਇਹ ਵੀ ਗਾਲ ਲੇਂਗੇ ਕੁੱਕਰ ਮੇਂ, ਤੋ ਉਸਕੇ ਬਾਅਦ ਵੋ ਉਸਮੇ। ਕਿੰਨਾ ਪਾਣੀ ਪਾਣਾ ਮੈਡਮ? ਪਾਏ ਪੱਕ ਕੇ ਤਿਆਰ ਹੋ ਗਏ ਨੇ। ਅੱਛਾ, ਤੇ ਇਹਦੇ 'ਚ ਮੇਰੀ ਕੋਈ ਸਟਰਗਲ ਨਹੀਂ, ਇਮਾਨਦਾਰੀ ਨਾਲ ਦੱਸਣਾ, ਮੇਰੀ ਮੁਹਤਰਮਾ ਦੀ ਵਾਈਫ ਦੀ ਸਟਰਗਲ ਆ, ਉਹਨੇ ਬਣਾਏ ਨੇ ਮਾਸ਼ਾਅੱਲਾ। ਮੈਂ ਤੇ ਬਸ ਇਹ ਭਾਰੇ ਪਤੀਲੇ ਚੁੱਕ ਕੇ ਕਦੀ ਸੱਜੇ ਕਰਤਾ ਕਦੀ ਖੱਬੇ ਕਰਤਾ, ਮਸਾਲੇ ਸੁੱਟ ਦਿੱਤੇ, ਮੈਂ ਮਸਾਲੇ ਪਾਤੇ ਇਹਨਾਂ ਦੇ ਉੱਤੇ, ਸਾਡਾ ਇੰਨਾ ਕੀ ਕੰਮ ਦੇ। ਇਹ ਗਰਮ ਮਸਾਲਾ ਪੈ ਗਿਆ ਜੇ, ਗਰਮ ਮਸਾਲਾ ਪਾ ਕੇ ਤੇ ਹੁਣ ਇਹ ਜਨਾਬ ਹੋਮ ਮੇਡ ਨਾਨ ਉਹਨਾਂ ਨਾਲ ਖਾਇਦੇ ਜਾਣਗੇ। ਚਲੋ ਨਾਨ ਤੁਸੀਂ ਲਾ ਦਿਓ ਨਾ, ਤੇ ਵੈਸੇ ਮਸਾਲਿਆਂ ਦੀ ਅੱਗੇ ਤੁਹਾਡੇ ਸਾਹਮਣੇ ਆ, ਜਿਹੜਾ ਦਿਲ ਕਰੇ ਕਿਸੇ ਦਾ ਪਾ ਸਕਦਾ, ਇਹ ਕੁਝ 12 ਮਸਾਲੇ। ਚਲੋ ਤਈਏ ਜੀ, ਖਾਓ। ਆ ਜ ਮੈਂ ਰੋਗਣੀ ਨਾਨ ਨਹੀਂ, ਸਾਦੇ ਨਾਨ ਬਣਾਏ ਹੈ, ਨਰਮ ਨਰਮ ਤਿਲੋਂ ਵਾਲੇ। ਸਾਡੇ ਸੁਪਰ ਸਟਾਰ
ਸਾਰੇ ਪਕਾਓ ਤੇ ਖਾਓ, ਤੁਹਾਨੂੰ ਮਜ਼ਾ ਨਾ ਆਏ ਤੇ ਮੈਨੂੰ ਕਹਿਣਾ ਭਾਈ। ਅੱਛਾ ਜੀ, ਚਲੋ ਤੁਸੀਂ ਖਾਓ।